ਕਿਸਾਨ ਭਰਾਵੋ, ਮੱਕੀ ਭਾਵੇਂ ਤੁਸੀਂ ਹਰੇ ਚਾਰੇ ਦੇ ਲਈ ਲਾਈ ਹੈ ਅਤੇ ਭਾਵੇਂ ਤੁਸੀਂ ਵੱਟਾਂ ਦੇ ਉੱਪਰ ਸਾਈਲੇਜ ਵਾਸਤੇ ਲਾਈ ਹੈ, ਪਕਾਵੀ ਮੱਕੀ ਲਾਈ ਹੈ, ਜੇਕਰ ਉਹਦੇ ਵਿੱਚ ਤੁਹਾਡੇ ਫਾਲ ਆਰਮੀ ਵਾਰਮ ਕੰਟਰੋਲ ਨਹੀਂ ਹੋ ਰਿਹਾ ਤਾਂ 20 ਦਿਨਾਂ ਦੀ ਮੱਕੀ ਤੋਂ 35-40 ਦਿਨਾਂ ਦੇ ਟਾਈਮ ਦੇ ਵਿੱਚ ਇਹ ਬਹੁਤ ਭੈੜਾ ਹਮਲਾ ਕਰਦਾ ਹੁੰਦਾ, ਤਾਂ ਤੁਸੀਂ ਕੀ ਕਰਨਾ, ਸੂਰਜ ਚੜ੍ਹਨ ਸਮੇਂ ਤਰੇਲੀ ਦੇ ਵਿੱਚ ਸਪਰੇਅ ਕਰਨੀ ਹੈਗੀ ਅਤੇ ਸਪਰੇਅ ਭਾਵੇਂ ਤੁਸੀਂ ਡਬਲ ਹੀ ਕਰ ਲਓ, ਠੀਕ ਹੈ। ਅਤੇ ਇੱਕੋ ਹੀ ਟੈਕਨੀਕਲ ਕੁਰੰਤਰਾ ਨੀਲੀ ਪੋਣ ਕੋਰਾ ਜਾਂ ਇਹਦੇ ਕੰਮ ਕਰ ਰਿਹਾ ਹੈਗਾ ਗਾ, ਪਰ ਸਪਰੇਅ ਤੁਹਾਨੂੰ ਇਕੱਲੀ ਕਰਨੀ ਪੈਣੀ, ਅਰਲੀ ਮੋਰਨਿੰਗ 'ਚ ਕਰਨੀ ਪੈਣੀ ਆ। ਆਹ ਜਿਹੜੀ ਇਹਦੀ ਗੋਵ ਆ ਇਹਦੇ ਵਿੱਚ ਸਪਰੇਅ ਜਾਣੀ ਚਾਹੀਦੀ ਹੈ ਤਾਂ ਕੰਮ ਕਰੂਗੀ। ਇਸ ਤੋਂ ਇਲਾਵਾ ਬਹੁਤ ਸਿੰਥੈਟਿਕ ਪੈਰਾਥਰਾਈਡ ਗਰੁੱਪ ਵੀ ਯੂਜ਼ ਕਰਕੇ ਦੇਖ ਲਏ ਹੋਣੇ ਤੁਸੀਂ, ਕਲੋਰੋ ਜਾਂ ਹੋਰ ਵੀ ਚੀਜ਼ਾਂ ਪਾ ਕੇ ਦੇਖ ਰਹੀਆਂ ਹੋਣੀਆਂ, ਇਹ ਕੰਟਰੋਲ ਨਹੀਂ ਹੋ ਰਿਹਾ।